ਜੈ ਹਿੰਦ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫਿਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਤੇ ਅੱਜ ਦੀ ਇਸ ਵੀਡੀਓ ਵਿੱਚ ਦੋਸਤੋ ਗੱਲ ਕਰਾਂਗੇ 50 ਪਟਵਾਰੀ ਭਰਤੀ 2024 ਬਾਰੇ ਬਹੁਤ ਹੀ ਵਧੀਆ ਭਰਤੀ ਜਿਸ ਦਾ ਬਹੁਤ ਹੀ ਛੇਤੀ ਨੋਟੀਫਿਕੇਸ਼ਨ ਜਾਰੀ ਹੋਣ ਵਾਲਾ ਸੋ ਉਸ ਦੇ ਉੱਤੇ ਗੱਲਬਾਤ ਕਰਾਂਗੇ ਜੇ ਤੁਸੀਂ ਪੰਜਾਬ ਪਟਵਾਰੀ ਭਰਤੀ ਦੇ ਚਾਹਵਾਨ ਜਵਾਨ ਹੋ ਤਾਂ ਵੀਡੀਓ ਤੁਹਾਡੇ ਵਾਸਤੇ ਕਾਫੀ ਇੰਪੋਰਟੈਂਟ ਤੇ ਹੈਲਪਫੁਲ ਹੋ ਸਕਦੀ ਹੈ ਸੋ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰ ਲਈਏ ਪਟਵਾਰੀ ਦੀ ਪੋਸਟਾਂ ਦੀ ਤਾਂ ਪਟਵਾਰੀ ਦੀ ਪੋਸਟਾਂ ਦੋਸਤੋ ਪਹਿਲਾਂ ਸੀਐ ਲੇਟੈਸਟ ਅਪਡੇਟ ਦੇਖਣ ਨੂੰ ਮਿਲਿਆ ਉਹ 686 ਕ ਪੋਸਟਾਂ ਦਾ ਮਿਲਿਆ ਠੀਕ ਹੈ ਜਨਕਿ ਕਾਫੀ ਪੋਸਟਾਂ ਨੇ ਪਟਵਾਰੀ ਦੀ ਤੇ ਇੱਥੇ ਇੱਕ ਹੋਰ ਪੁਆਇੰਟ ਤੁਸੀਂ ਨੋਟ ਕਰ ਲਿਓ ਤੇ ਵਧੀਆ ਤਰੀਕੇ ਨਾਲ ਆਪਦੇ ਦਿਮਾਗ ਵਿੱਚ ਤੁਸੀਂ ਪਾ ਲਿਓ ਕਿ ਇਹ ਜਿਹੜੀ ਪਟਵਾਰੀ ਭਰਤੀ ਹੈ ਏ ਫਿਲਹਾਲ ਦੀ ਲਾਸਟ ਪਟਵਾਰੀ ਭਰਤੀ ਤੁਸੀਂ ਕਹਿ ਸਕਦੇ ਹੋ ਕਿਉਂਕਿ ਇਸ ਦੇ ਨਾਲ ਹੀ ਤਕਰੀਬਨ ਪਟਵਾਰੀਆਂ ਦੀ ਸਾਰੀ ਪੋਸਟਾਂ ਭਰੀ ਜਾਵੇਗੀ ਤੇ ਫਿਰ ਕੁਝ ਸਾਲਾਂ ਤੱਕ ਕੋਈ ਚਾਂਸ ਨਹੀਂ ਲੱਗ ਰਿਹਾ ਕਿ ਪਟਵਾਰੀ ਭਰਤੀ ਆਏਗੀ ਸੋ ਜੇ ਤੁਸੀਂ ਪਟਵਾਰੀ ਬਣਨ ਦੇ ਹੀ ਚਾਹਵਾਨ ਹੋ ਬਹੁਤ ਜ਼ਿਆਦਾ ਹੀ ਇੰਟਰਸਟ ਹੈ ਤੁਹਾਨੂੰ ਪਟਵਾਰੀ ਬਣਨ ਦੇ ਵਿੱਚ ਤਾਂ 101% ਕੋਸ਼ਿਸ਼ ਕਰਨੀ ਹੈ ਕਿ ਇਸ ਭਰਤੀ ਵਿੱਚ ਤੁਹਾਡਾ ਸਿਲੈਕਸ਼ਨ ਜਿਹੜਾ ਹੈ ਉਹ ਹੋ ਜਾਏ ਤੇ ਇਸ ਦੇ ਪਿੱਛੇ ਰੀਜ਼ਨ ਇਹ ਹੈ ਕਿ ਤੁਸੀਂ ਦੇਖਿਆ ਹੋਵੇਗਾ ਆਈ ਥਿੰਕ 16 ਦੇ ਵਿੱਚ ਵੀ ਪਟਵਾਰੀ ਭਰਤੀ ਆਈ ਸੀ 21 ਦੇ ਵਿੱਚ ਵੀ ਆ ਗਈ ਸੀ ਠੀਕ ਹੈ 21 22 ਦੇ ਵਿੱਚ तकरीबन ਪਟਵਾਰੀ ਭਰਤੀ ਆਈ ਸੀ ਇਸ ਤੋਂ ਇਲਾਵਾ ਪਿਛਲੇ ਸਾਲ 2023 ਦੇ ਵਿੱਚ ਵੀ ਆਪਣੇ ਪਟਵਾਰੀ ਭਰਤੀ ਆਈ ਸੀ 710 ਪਟਵਾਰੀ ਉਹਨਾਂ ਨੇ ਭਰਤੀ ਕਰੇ ਸੀ ਠੀਕ ਹੈ ਤਾਂ ਦੇਖ ਲਿਓ ਭਾਈ ਜੇ ਪਟਵਾਰੀ ਬਣਨ ਦਾ ਹੀ ਸ਼ੌਂਕ ਹੈ ਤਾਂ ਇੰਨਾ ਪੋਸਟਾਂ ਦੇ ਵਿੱਚ ਹਰ ਹਾਲ ਦੇ ਵਿੱਚ ਤੁਹਾਡਾ ਸਿਲੈਕਸ਼ਨ ਜਿਹੜਾ ਹੋ ਜਾਣਾ ਚਾਹੀਦਾ ਹੈ ਤਾਂ ਇਹ ਤਾਂ ਹੋ ਗਈ ਪੋਸਟਾਂ ਦੀ ਗੱਲ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੀ ਪੋਸਟ ਹੈ ਇਨਾਂ ਦੇ ਜਿਹੜੀ ਹੈ ਕੁਆਲੀਫਿਕੇਸ਼ਨ ਵਗੈਰਾ ਕੀ ਹੋਏਗੀ ਪੇਪਰ ਇਸ ਦਾ ਕਿਦਾਂ ਹੋਏਗਾ ਇਸ ਦਾ ਕ੍ਰਾਈਟੇਰੀਆ ਕੀ ਰਹਿਣ ਵਾਲਾ ਸੋ ਸਾਰੀ ਗਲਬਾ ਤਾਂ ਆਪਾਂ ਫਟਾਫਟ ਕਰ ਲੈਂਦੇ ਆ ਤਾਂ ਸਭ ਤੋਂ ਪਹਿਲਾਂ ਦੋਸਤੋ ਆਪਾਂ ਇੱਥੇ ਗੱਲ ਕਰ ਲੈਂਦੇ ਆ ਵੀ ਤਨਖਾਹ ਤੇ ਵੀ ਨਿਗਾ ਮਾਰ ਲੈਂਦੇ ਆ ਇਹ ਵੀ ਕਾਫੀ ਇੰਪੋਰਟੈਂਟ ਹੈ ਤਾਂ ਦੇਖੋ 2023 ਦੇ ਵਿੱਚ ਤਾਂ ਇਹਨਾਂ ਨੇ ਤਨਖਾਹ ਦਾ ਇੱਕ ਮਜ਼ਾਕ ਜਿਹਾ ਬਣਾਇਆ ਸੀ ਨੋਟੀਫਿਕੇਸ਼ਨ ਵੇਲੇ ਤਾਂ ਇਹਨਾਂ ਨੇ ਆਹੀ ਕਿਹਾ ਸੀ ਕਿ 5000 ਰੁਪਿਆ ਜਿਹੜਾ ਉਹ ਤੁਹਾਨੂੰ 18 ਮਹੀਨੇ ਵਾਸਤੇ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ 19900 ਵਾਲਾ ਸਕੇਲ ਤੁਹਾਡੇ ਤੇ ਲਾਗੂ ਹੋਏਗਾ ਬਟ ਜੁਆਇਨਿੰਗ ਲੈਟਰ ਵੰਨਣ ਵੇਲੇ ਜਿਹੜੇ ਸੀਐਮ ਸਾਹਿਬ ਨੇ ਜਿਹੜੇ ਜਦੋਂ ਜਵਾਨਾਂ ਨੂੰ ਕਿਹਾ ਵੀ ਤੁਸੀਂ ਗ੍ਰੈਜੂਏਸ਼ਨ ਬੇਸ ਦਾ ਭਰਤੀ ਰੱਖੀ ਹੈ ਚਪੜਾ ਸੀ ਤੋਂ ਵੀ ਘੱਟ ਸੱਲ ਰਹੀ ਹੈ ਦੀ ਠੀਕ ਹੈ ਤਾਂ ਇਹ ਮਜ਼ਾਕ じゃ ਲੱਗ ਰਿਹਾ ਇਸ ਕਰਕੇ ਸੀਐਮ ਸਾਹਿਬ ਨੇ ਜੁਆਇਨਿੰਗ ਲੈਟਰ ਜਦੋਂ ਵੰਡੇ ਤਾਂ ਇਸ ਭਰਤੀ ਦਾ ਪੇ ਸਕੇਲ ਜਿਹੜਾ 19900 ਕਰਤਾ ਸੀ ਇਹ ਪੁਆਇੰਟ ਤੁਸੀਂ ਧਿਆਰ ਰੱਖਿਓ ਤੇ ਹੁਣ ਜਦੋਂ ਨੋਟੀਫਿਕੇਸ਼ਨ ਆਏਗਾ 19900 ਤਾਂ ਹੋਏਗਾ ਠੀਕ ਹੈ ਇਹ ਸਟਾਰਟਿੰਗ ਸੈਲਰੀ ਤਾਂ ਹੋਏਗੀ ਇਹ ਚੀਜ਼ ਵੀ ਤੁਸੀਂ ਧਿਆਨ ਰੱਖਿਓ ਅੱਗੇ ਚਲਦੇ ਆਂ ਨੈਕਸਟ ਆਪਾਂ ਗੱਲ ਕਰਦੇ ਆਂ ਇਹਨਾਂ ਦੀ ਕੁਆਲਿਫੀਕੇਸ਼ਨ ਦੀ ਏਜ ਵਗੈਰਾ ਦੀ ਤਾਂ ਸਭ ਤੋਂ ਪਹਿਲਾਂ ਬਈ ਏਜ ਦੀ ਹੀ ਆਪਾਂ ਗੱਲ ਕਰ ਲੈਂਦੇ ਆਂ ਤਾਂ ਇਹ ਜਿਹੜੀ ਦੋਸਤੋ ਪਟਵਾਰੀ ਭਰਤੀ ਹੈ ਇੱਕ ਚੀਜ਼ ਤਾਂ ਤੁਸੀਂ ਇਹ ਧਿਆਨ ਰੱਖਣੀ ਹੈ ਕਿ ਫਿਲਹਾਲ ਪੁਲਿਸ ਭਰਤੀ ਨੂੰ ਲੈ ਕੇ ਏਜ ਦੇ ਵਾਸਤੇ ਕਾਫੀ ਸੰਘਰਸ਼ ਚੱਲ ਰਿਹਾ ਹੈ ਜਾਣ ਕੇ ਰਿਹਾ ਵੀ ਏਜ ਇਨਕਰੀਜ਼ ਕੀਤੀ ਜਾਵੇ ਤੇ ਗੱਲ ਸੀਐਮ ਸਾਹਿਬ ਤੱਕ ਵੀ ਪਹੁੰਚਾਈ ਗਈ ਹੈ ਬਟ ਧਿਆਨ ਰੱਖਿਓ ਪਟਵਾਰੀ ਭਰਤੀ ਵਿੱਚ ਕੋਈ ਏਜ ਜਿਹੜੇ ਇਨਕਰੀਜ਼ ਹੋਣ ਦੇ ਚਾਂਸ ਨਹੀਂ ਹੈ ਇਸ ਦੇ ਪ ਇਹ ਆਪਣੇ ਪਟਵਾਰੀ ਭਰਤੀ ਜਿਹੜੀ ਹੈ ਉਹ 1-2 ਸਾਲਾਂ ਬਾਅਦ ਜਾਰੀ ਹੋ ਰਹੀ ਹੈ ਜਿਵੇਂ 21 ਦੇ ਵਿੱਚ ਮੰਨ ਲਓ ਜਾਰੀ ਹੋਈ ਸੀ ਫਿਰ 23 ਵਿੱਚ ਜਾਰੀ ਹੋ ਗਈ ਤੇ ਹੁਣ 24 ਵਿੱਚ ਵੀ ਜਾਰੀ ਹੋ ਰਹੀ ਹੈ ਠੀਕ ਹੈ ਇਸ ਕਰਕੇ ਏਜ ਦੇ ਵਿੱਚ ਕੋਈ ਛੂਟ ਨਹੀਂ ਦਿੱਤੀ ਜਾਵੇਗੀ ਇਹ ਜਿਹੜਾ ਤੁਹਾਡਾ ਏਜ ਦਾ ਕ੍ਰਾਈਟੇਰੀਆ ਹੈ ਇਹ ਤੁਹਾਨੂੰ ਦੱਸ ਦਿੰਦੇ ਹਾਂ ਕਿ ਏਜ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਤਾਂ ਸਭ ਤੋਂ ਪਹਿਲਾਂ ਭਾਈ ਮਿਨੀਮਮ ਏਜ ਸਾਰੀ ਕੈਟਾਗਰੀਜ਼ ਵਾਸਤੇ ਸੇਮ ਹੀ ਰਹੇਗੀ 18 ਸਾਲ ਠੀਕ ਹੈ ਤੇ ਗੱਲ ਕਰੀਏ ਮੈਕਸਿਮਮ ਏਜ ਦੀ ਤਾਂ ਜਿਹੜੀ ਜਨਰਲ ਕੈਟਾਗਰੀ ਹੋਏਗੀ ਉਸ ਦੀ ਮੈਕਸਿਮਮ ਏਜ 37 ਸਾਲ ਤੱਕ ਰਹਿਣ ਵਾਲੀ ਹੈ ਉਸ ਤੋਂ ਬਾਅਦ ਪੰਜਾਬ ਦੇ ਅਨੁਸੂਚਿਤ ਜਾਤੀ ਤੇ ਪਛੜੀ ਸ਼੍ਰੇਣੀ ਦੇ ਜਿਹੜੇ ਉਮੀਦਵਾਰ ਹੋਣਗੇ ਉਹਨਾਂ ਦੀ ਮੈਕਸਿਮਮ ਏਜ 42 ਸਾਲ ਤੱਕ ਹੋ ਸਕਦੀ ਹੈ ਤੇ ਜਿਹੜੇ ਸੈਂਟਰ ਜਾਂ ਸਟੇਟ ਦੇ EMPLOYE ਹੋਣਗੇ ਠੀਕ ਹੈ ਉਹਨਾਂ ਨੂੰ 45 ਸਾਲ ਤੱਕ ਇੱਥੇ ਛੂਟ ਦਿੱਤੀ ਗਈ ਹੈ ਤੁਸੀਂ ਇੱਥੇ 45 ਸਾਲ ਦੇ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ ਸੋ ਏਜ ਦਾ ਕ੍ਰਾਈਟੇਰੀਆ ਹੋ ਗਿਆ ਬਾਕੀ ਤੁਸੀਂ ਅਦਰ ਕੈਟਾਗਰੀਜ਼ ਦਾ ਇੱਥੋਂ ਜਿਹੜਾ ਦੇਖ ਸਕਦੇ ਹੋ ਅੱਗੇ ਚੱਲਦੇ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਵੀ ਕੁਆਲਿਫਿਕੇਸ਼ਨ ਦੀ ਠੀਕ ਹੈ ਫੀਸ ਦਾ ਮਾਰ ਜਾ ਵੀਰਵਾ ਦੇਖ ਲਓ ਬਾਈ ਫੀਸ ਆਹੀ ਰਹਿਣ ਦੇ ਚਾਂਸ ਹੈ ਫੀਸ ਦੇ ਵਿੱਚ ਵੀ ਤੁਹਾਨੂੰ ਕੋਈ ਜਿਹੜੀ ਛੂਟ ਵਗੈਰਾ ਨਹੀਂ ਦਿੱਤੀ ਜਾਊਗੀ ਜਿਸ ਤਰੀਕੇ ਦੀ ਪਿਛਲੀ ਵਾਰ ਜਿਹੜੀ ਫੀਸ ਰੱਖੀ ਗਈ ਸੀ ਜਨਰਲ ਨੂੰ 1000 ਰੁਪਿਆ ਐਸਈਬੀਸੀ ਨੂੰ 250 ਰੁਪਿਆ ਤੇ ਸਭ ਕਾ ਫੌਜੀ ਤੇ ਆਸਰਿਤ ਨੂੰ 200 ਰੁਪਿਆ ਤੇ ਜਿਹੜੇ ਹੈਂਡੀਕੈਪਡ ਜਵਾਨ ਨੇ ਉਹਨਾਂ ਨੂੰ 500 ਰੁਪਿਆ ਫੀਸ ਲੱਗੀ ਸੀ ਤੇ ਆਹੀ ਫੀਸ ਤੁਹਾਨੂੰ ਵੀ ਲੱਗਣ ਵਾਲੀ ਹੈ ਠੀਕ ਹੈ ਹੁਣ ਗੱਲ ਰਹਿ ਗਈ ਜੀ ਕੁਆਲਿਫਿਕੇਸ਼ਨ ਦੀ ਤਾਂ ਕੁਆਲਿਫਿਕੇਸ਼ਨ ਕਵਾਲੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਵੈਸੇ ਤਾਂ ਕੋਈ ਖਾਸ ਕਵਾਲੀਫਿਕੇਸ਼ਨ ਨਹੀਂ ਹੁੰਦੀ ਨਾਰਮਲ ਭਰਤੀਆਂ ਵਾਂਗੂ ਹੀ ਇਸ ਦੀ ਕਵਾਲੀਫਿਕੇਸ਼ਨ ਹੈ ਥੋੜੀ ਚਾਹੀਦੀ ਹੈ ਜੀ ਆਪਣੇ ਬੈਚਲਰ ਡਿਗਰੀ ਜਾਂ ਕਹਿ ਲਓ ਗ੍ਰੈਜੂਏਸ਼ਨ ਜੇ ਤੁਹਾਡੀ ਕੰਪਲੀਟ ਹੈ ਤਾਂ ਤੁਹਾਡਾ ਇੱਕ ਸਟੈਪ ਕਵਾਲੀਫਿਕੇਸ਼ਨ ਦਾ ਪਾਸ ਹੋ ਜਾਏਗਾ ਦੂਜਾ ਹੈ ਜੀ 120 ਘੰਟਿਆਂ ਦਾ ਕੰਪਿਊਟਰ ਕੋਰਸ ਤਾਂ ਕੁੱਲ ਮਿਲਾ ਕੇ ਕਵਾਲੀਫਿਕੇਸ਼ਨ ਦੇ ਵਿੱਚ ਇਹ ਹੈ ਕਿ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ 120 ਘੰਟਿਆਂ ਦਾ ਤੁਹਾਡੇ ਕੋਲ ਕੰਪਿਊਟਰ ਕੋਰਸ ਹੋਣਾ ਚਾਹੀਦਾ ਹੈ ਤੇ ਇੱਕ ਹੋਰ ਚੀਜ਼ ਜਿਹੜੀ ਪੰਜਾਬ ਦੀ ਸਾਰੀ ਭਰਤੀਆਂ ਵਾਸਤੇ ਹੀ ਕੰਪਲਸਰੀ ਹੈ ਉਹ ਹੈ ਜੀ ਠੀਕ ਹੈ ਤਾਂ ਇਹ ਕੰਡੀਸ਼ਨਾਂ ਨੇ ਗ੍ਰੈਜੂਏਸ਼ਨ ਪਲੱਸ 120 ਘੰਟਿਆਂ ਦਾ ਕੰਪਿਊਟਰ ਕੋਰਸ ਪਲੱਸ 10ਵੀਂ ਵਿੱਚ ਪੰਜਾਬੀ ਤੁਹਾਡੇ ਕੋਲ ਪਾਸ ਹੈ ਤਾਂ ਤੁਸੀਂ ਪਟਵਾਰੀ ਭਰਤੀ ਦੇ ਫਾਰਮ ਜਿਹੜੇ ਹੈ ਉਹ ਭਰ ਸਕਦੇ ਹੋ ਠੀਕ ਹੈ ਤਾਂ ਕੁਆਲਿਫਿਕੇਸ਼ਨ ਵਗੈਰਾ ਬਾਰੇ ਆਪਾਂ ਗੱਲ ਕਰ ਲਈ ਏਜ ਦੇ ਕ੍ਰਾਈਟੇਰੀਆ ਬਾਰੇ ਗੱਲ ਕਰ ਲਈ ਸਿਲੈਕਸ਼ਨ ਪ੍ਰੋਸੈਸ ਜਿਹੜੀ ਹੈ ਉਸ ਦੇ ਉੱਤੇ ਵੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਸਿਲੈਕਸ਼ਨ ਪ੍ਰੋਸੈਸ ਜਿਹੜੀ ਹੈ ਉਹ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਤਦੋਸੋ ਪੜਵਾਰੀ ਭਾਰਤੀ ਦੀ ਸਿਲੈਕਸ਼ਨ ਪ੍ਰੋਸੈਸ ਬਹੁਤ ਹੀ ਸਿੰਪਲ ਹੈ ਜਮਾਈ ਸਿੰਪਲ ਕਹਿ ਲਓ ਇਸ ਦੇ ਵਿੱਚ ਜਿਹੜੇ ਤੁਹਾਡੇ ਐਗਜ਼ਾਮ ਹੋਣਗੇ ਦੋ ਜਿਨ੍ਹਾਂ ਬਾਰੇ ਆਪਾਂ ਵੀਡੀਓ ਵਿੱਚ ਅੱਗੇ ਗੱਲ ਕਰਾਂਗੇ ਉਹਨਾਂ ਵਿੱਚੋਂ ਜਿਹੜਾ ਤੁਹਾਡਾ ਮੇਨ ਪੇਪਰ ਹੋਏਗਾ ਉਸ ਦੇ ਨੰਬਰਾਂ ਬੇਸ ਤੇ ਹੀ ਤੁਹਾਡੀ ਮੈਟ ਬਣਨੀ ਹੈ ਠੀਕ ਹੈ ਤੇ ਪੇਪਰ ਜਿਹੜਾ ਤੁਹਾਡਾ ਆਬਜੈਕਟਿਵ ਟਾਈਪ ਹੋਏਗਾ ਜਿਸ ਦੇ ਵਿੱਚ ਕਹਿ ਲਓ ਵੀ ਐਮਸੀਕਿਊ ਬੇਸ ਤੁਹਾਡਾ ਪੇਪਰ ਹੋਏਗਾ ਤੇ ਆਫਲਾਈਨ ਪੇਪਰ ਆਉਣ ਦੇ ਪੂਰੇ ਚਾਂਸ ਹੈ ਠੀਕ ਹੈ ਤਾਂ एमसीक्यू ਬੇਸ ਤੁਹਾਡਾ ਪੇਪਰ ਹੋ ਗਿਆ ਆਫਲਾਈਨ ਤੁਹਾਡਾ ਪੇਪਰ ਹੋਏਗਾ ਤੇ ਸਿলেকਸ਼ਨ ਪ੍ਰੋਸੈਸ ਜਿਹੜਾ ਤੁਹਾਡਾ ਮੇਨ ਪੇਪਰ ਹੋਏਗਾ ਉਸ ਦੇ ਨੰਬਰਾਂ ਤੇ ਹੀ ਡਾਇਰੈਕਟ ਤੁਹਾਡੀ ਮੈਟ ਬਣਨੀ ਹੈ ਹੋਰ ਕੋਈ ਵੀ ਇੱਥੇ ਲਫੜਾ ਨਹੀਂ ਤੇ ਉਹਦੇ ਵਿੱਚ ਕੀ ਹੋਏਗਾ ਜਦੋਂ ਤੁਹਾਡੀ ਮੈਟ ਬਣੇਗੀ ਤੁਹਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਕਾਲ ਕਰ ਲਿਆ ਜਾਵੇਗਾ ਤੇ ਡਾਕੂਮੈਂਟ ਵੈਰੀਫਾਈ ਕਰਨ ਤੋਂ ਬਾਅਦ ਤੁਹਾਨੂੰ ਜਿਹੜਾ ਜੋਇਨਿੰਗ ਲੈਟਰ ਵਗੈਰਾ ਵੰਡ ਦਿੱਤੇ ਜਾਣਗੇ ਠੀਕ ਹੈ ਸਿলেকਸ਼ਨ ਪ੍ਰੋਸੈਸ ਦੀ ਗੱਲ ਕਰ ਲਈ ਹੁਣ ਆਪਾਂ ਗੱਲ ਕਰ ਲੈਂਦੇ ਆ ਬਈ ਸਿਲੇਬਸ ਦੀ ਇਹ ਜੀ ਪੰਜਾਬ ਪ੍ਰਵਾਰੀ ਭਰਤੀ 2023 ਵਾਲਾ ਸਿਲੇਬਸ ਤੇ 2024 ਵਾਲਾ ਭਰਤੀ ਦਾ ਸਿਲੇਬਸ ਵੀ ਬਿਲਕੁਲ ਇਸੇ ਤਰੀਕੇ ਦੇ ਰਹਿਣ ਦੇ ਚਾਂਸ ਹੈ ਕਿਉਂਕਿ ਪਿਛਲੇ ਸਾਲ 2023 ਦੇ ਵਿੱਚ ਤੁਸੀਂ ਦੇਖੋਗੇ ਪਟਵਾਰੀ ਭਰਤੀ ਦੇ ਸਿਲੇਬਸ ਨੂੰ ਚੇਂਜ ਕੀਤਾ ਗਿਆ ਸੀ ਕਿ ਵੱਡਾ ਪੋਰਸ਼ਨ ਜਿਹੜਾ ਪਹਿਲਾਂ ਐਗਰੀਕਲਚਰ ਦਾ ਹੁੰਦਾ ਸੀ ਉਹਨਾਂ ਰਿਮੂਵ ਕਰ ਦਿੱਤਾ ਗਿਆ ਤੇ ਇੱਕ ਸਿੰਪਲ ਜਿਹਾ ਸਿਲੇਬਸ ਜਿਹੜਾ ਹੈ ਉਹ ਪਟਵਾਰੀ ਭਰਤੀ ਵਾਸਤੇ ਦਿੱਤਾ ਗਿਆ ਉਸ ਤੋਂ ਬਾਅਦ ਪੀਟ ਪਲੱਸ ਵੀ ਨੇ ਕੀ ਕੀਤਾ ਸਾਰੇ ਪੇਪਰ ਤਕਰੀਬਨ ਕੋਈ ਵੀ ਪੇਪਰ ਤੁਸੀਂ ਜਿਹੜਾ ਗਰੁੱਪ ਸੀ ਦੇ ਅੰਡਰ ਆਉਂਦਾ ਉਹ ਚੱਕ ਲਓ ਸਾਰੇ ਪੇਪਰਾਂ ਦਾ ਸਿਲੇਬਸ ਸੇਮ ਜਾ ਕਰਤਾ 100 ਨੰਬਰ ਦਾ ਤੁਹਾਡਾ ਮੇਨ ਪੇਪਰ ਹੁੰਦਾ ਹੈ ਤੇ ਉਸ ਦੇ ਵਿੱਚ ਤਕਰੀਬਨ ਸਾਰੇ ਸਬਜੈਕਟਾਂ ਦਾ ਨੰਬਰ ਇਹਨਾਂ ਨੇ ਸੇਮ ਹੀ ਰੱਖੇ ਹੋਏ ਐ ਠੀਕ ਹੈ ਤਾਂ ਆਹੀ ਸਿਲੇਬਸ ਜਿਹੜਾ ਤੁਹਾਡਾ ਰਹਿਣ ਵਾਲਾ ਹੈ ਇਸ ਦੇ ਅਕੋਰਡਿੰਗ ਤੁਸੀਂ ਆਪਦੀ ਤਿਆਰੀ ਕਰ ਸਕਦੇ ਹੋ ਤੇ ਪੇਪਰ ਦੇ ਵਿੱਚ ਕੀ ਹੁੰਦਾ ਦੋਸਤੋ ਐਮਸੀਕਿਊ ਬੇਸਡ ਤੁਹਾਡੇ ਪੇਪਰ ਹੁੰਦੇ ਐ ਠੀਕ ਹੈ ਭਾਵੇਂ ਪੇਪਰ A ਲੈ ਲਓ ਭਾਵੇਂ B ਐਮਸੀਕਿਊ ਬੇਸਡ ਹੀ ਹੋਣਗੇ ਤੇ ਤਕਰੀਬਨ 2.5 ਘੰਟੇ ਦਾ ਤੁਹਾਡੇ ਕੋਲ ਦੋਵੇਂ ਪੇਪਰਾਂ ਵਾਸਤੇ ਟਾਈਮ ਹੋਏਗਾ ਤੇ ਇਸ ਦੇ ਵਿੱਚ ਕੀ ਹੋਏਗਾ ਦੋਸਤੋ ਇੱਕ ਪੇਪਰ ਠੀਕ ਹੈ ਇੱਕ ਪੇਪਰ ਜਿਹੜਾ ਹੋਏਗਾ ਉਹ ਕੰਪਲਸਰੀ ਪੰਜਾਬੀ ਵਾਲਾ ਪੇਪਰ ਹੋਏਗਾ ਉਸ ਦੇ ਵਿੱਚ ਕੀ ਹੋਣਗੇ 50 ਤੁਹਾਡੇ ਕੁਐਸਚਨ ਹੋਣਗੇ 50 ਨੰਬਰਾਂ ਦਾ ਹੀ ਤੁਹਾਡਾ ਪੇਪਰ ਹੋਏਗਾ ਸਾਰੇ ਕੁਐਸਚਨ ਐਮਸੀਕਿਊ ਬੇਸਡ ਹੋਣਗੇ ਤੇ ਇਹ ਜਿਹੜਾ ਪੇਪਰ ਹੈ ਦੋਸਤੋ ਉਹ ਸਿਰਫ ਕੁਆਲੀਫਾਈ ਨੇਚਰ ਦਾ ਹੋਏਗਾ ਇਸ ਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਜਿਹੜੀ ਹੈ ਉਹ ਨਹੀਂ ਹੋਏਗੀ ਬਟ ਧਿਆਨ ਰੱਖਿਓ ਇਹ ਜਿਹੜਾ 50 ਨੰਬਰਾਂ ਦਾ ਪੇਪਰ ਹੈ ਇਸ ਦੇ ਵਿੱਚੋਂ 25 ਨੰਬਰ ਲੈਣੇ ਤਾਂ ਜ਼ਰੂਰੀ ਹੈ ਜੇ ਤੁਸੀਂ 25 ਨੰਬਰ ਲੈਂਦੇ ਹੋ ਫਿਰ ਵੀ ਤੁਹਾਡਾ ਮੈਨ ਪੇਪਰ ਚੈੱਕ ਹੋਏਗਾ ਜੇ ਪੇਪਰ ਦੇ ਵਿੱਚ ਤੁਸੀਂ ਫੇਲ ਹੋ ਜਾਂਦੇ ਹੋ 50% ਤੋਂ ਘੱਟ ਨੰਬਰ ਲੈਂਦੇ ਹੋ ਤਾਂ ਤੁਹਾਡਾ ਪੇਪਰ ਜਿਹੜਾ ਹੈ ਸੈਕੰਡ ਚੈੱਕ ਹੀ ਨਹੀਂ ਹੋਏਗਾ ਇਹ ਚੀਜ਼ ਤੁਸੀਂ ਧਿਆਨ ਰੱਖਿਓ ਠੀਕ ਹੈ ਅੱਗੇ ਚੱਲਦੇ ਹਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਪੇਪਰ ਬੀ ਦੀ ਤਾਂ ਪੇਪਰ ਬੀ ਨੂੰ ਥੋੜਾ ਜਿਹਾ ਧਿਆਨ ਨਾਲ ਸਮਝੋ ਵੈਸੇ ਕੋਈ ਟਫ ਟਾਸਕ ਨਹੀਂ ਹੈ ਇਹਨੂੰ ਸਮਝਣਾ ਇਸ ਦੇ ਵਿੱਚ ਕੀ ਹੋਏਗਾ 100 ਨੰਬਰਾਂ ਦਾ ਤੁਹਾਡਾ ਪੇਪਰ ਹੋਏਗਾ ਤੇ 100 ਹੀ ਤੁਹਾਡੇ ਕੁਐਸਚਨ ਹੋਣਗੇ ਸਾਰੇ ਐਮਸੀਕਿਊ ਬੇਸਡ ਹੋਣਗੇ ਠੀਕ ਹੈ ਜਾਨਕਿ ਇੱਕ ਕੁਐਸਚਨ ਦਾ ਇੱਕ ਨੰਬਰ ਤੇ ਇੱਥੇ ਬਾਈ 네ਗੇਟਿਵ ਮਾਰਕਿੰਗ ਹੋਏਗੀ 1/4 ਕਹਿ ਲਓ ਜਾਂ 0.25 ਕਹਿ ਲਓ ਇਹ ਤੁਹਾਡੀ 네ਗੇਟਿਵ ਮਾਰਕਿੰਗ ਜਿਹੜੀ ਹੈ ਇਹ ਸੈਕੰਡ ਪੇਪਰ ਜਾਂ ਕਹਿ ਲਓ ਮੇਨ ਪੇਪਰ ਦੇ ਵਿੱਚ ਰਹਿਣ ਵਾਲੀ ਹੈ ਠੀਕ ਹੈ ਤੇ ਜਿਹੜੀ ਤੁਹਾਡੀ ਮੈਰ ਅੱਗੇ ਚੱਲਦੇ ਹਾਂ ਸਿਲੇਬਸ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਲੈਂਦੇ ਆ ਤਾਂ ਜਿਹੜਾ ਤੁਹਾਡਾ ਪੰਜਾਬੀ ਵਾਲਾ ਪੇਪਰ ਹੋਏਗਾ ਉਸ ਦੇ ਵਿੱਚ ਜਿਹੜਾ ਸਿਲੇਬਸ ਰਹਿਣ ਵਾਲਾ ਹੈ ਉਸ ਦੇ ਵਿੱਚ ਕੀ ਹੋਏਗਾ ਜੀਵਨੀ ਤੇ ਰਚਨਾਵਾਂ ਨਾਲ ਸੰਬੰਧਿਤ ਕੁਝ ਪ੍ਰਸ਼ਨ ਜਿਹੜੇ ਆ ਪੁੱਛੇ ਜਾਣਗੇ ਜਿਵੇਂ ਗੁਰੂ ਸਾਹਿਬਾਂ ਦੀ ਜੀਵਨੀ ਤੇ ਉਹਨਾਂ ਦੀ ਜਿਹੜੀ ਵੀ ਰਚਨਾਵਾਂ ਹੋਏਗੀ ਉਹਨਾਂ ਨਾਲ ਸੰਬੰਧਿਤ ਕੁਐਸਚਨ ਜਿਹੜੇ ਪੁੱਛੇ ਜਾਣਗੇ ਠੀਕ ਹੈ ਇੱਥੋਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਬੇਸਿਕ ਪੰਜਾਬੀ ਵਿਆਕਰਣ ਕਹਿ ਲਓ ਜਿਵੇਂ ਕਿ ਵਿਰੋਧਾਤਮਕ ਸ਼ਬਦ ਹੋਗੇ ਸਮਾਨਾਰਥਕ ਸ਼ਬਦ ਮੁਹਾਵਰੇ ਅਖਾਣ ਸ਼ਬਦ ਭੇਦ ਅਗੇਤਰ ਪੁਛੇਤਰ ਇਹ ਸਾਰੇ ਜਿਹੜੇ ਇਨਾਂ ਦੇ ਨਾਲ ਸੰਬੰਧਿਤ ਕੁਐਸਚਨ ਜਿਹੜੇ ਆ ਉਹ ਏ ਪੇਪਰ ਦੇ ਵਿੱਚ ਪੁੱਛੇ ਜਾਣਗੇ ਜਾਂ ਕਹਿ ਲਓ ਪੰਜਾਬੀ ਕੰਪਲਸਰੀ ਪੇਪਰ ਵਿੱਚੋਂ ਪੁੱਛੇ ਜਾਣਗੇ ਠੀਕ ਹੈ ਤੇ ਉਸ ਤੋਂ ਬਾਅਦ ਆਉਂਦਾ ਜੀ ਮੇਨ ਪੇਪਰ ਮੇਨ ਪੇਪਰ ਦੇ ਵਿੱਚ ਤੇ ਇੱਕ ਵੱਡਾ ਪੋਰਸ਼ਨ ਹੋਏਗਾ ਜੀਕੇ ਦਾ ਤੇ ਜੀਕੇ ਦੇ ਵਿੱਚ ਦੋਸਤੋ 25 ਨੰਬਰਾਂ ਦੀ ਜੀਕੇ ਹੋਏਗੀ ਇਸ ਦੇ ਵਿੱਚ ਮੈਂਸ਼ਨ ਹੋਣਗੇ ਜੀ ਪੋਲੀਟੀ ਇਸ਼ੂ এনवायरमेंट ਇਸ਼ੂ ਕਰੰਟ ਅਫੇਅਰ ਸਾਇੰਸ ਟੈਕਨੋਲੋਜੀ ਇਕਨੋਮਿਕ ਇਸ਼ੂ ਜਿਹੜੇ ਹੋਣਗੇ ਇਸ ਤੋਂ ਇਲਾਵਾ ਹਿਸਟਰੀ ਜਿਹੜੀ 14ਵੀਂ ਸਦੀ ਦੀ ਹਿਸਟਰੀ ਹੋਏਗੀ ਇੰਡੀਆ ਲੈਵਲ ਤੇ ਪੰਜਾਬ ਲੈਵਲ ਤੇ ਉਸ ਦੇ ਰਿਗਾਰਡਿੰਗ ਕੁਐਸਚਨ ਜਿਹੜੇ ਪੁੱਛੇ ਜਾਣਗੇ ਸਪੋਰਟਸ ਸਿਨੇਮਾ ਦੇ ਬਾਰੇ ਵੀ ਕੁਐਸਚਨ ਜਿਹੜੇ ਆ ਉਹ ਪੁੱਛੇ ਜਾਣਗੇ ਸੋ ਕੁੱਲ ਮਿਲਾ ਕੇ ਇਹ ਜਿਹੜਾ ਪੋਰਸ਼ਨ ਹੋਏਗਾ ਇਹ 25 ਨੰਬਰਾਂ ਦਾ ਰਹਿਣ ਵਾਲਾ ਥੋੜਾ ਦੈਨ ਉਸ ਤੋਂ ਬਾਅਦ ਥੋੜੀ ਦੈਨ ਉਸ ਤੋਂ ਬਾਅਦ ਤੁਹਾਡੀ ਇੰਗਲਿਸ਼ ਆ ਜਾਏਗੀ 12 ਨੰਬਰਾਂ ਦੀ ਪੰਜਾਬੀ ਆ ਜਾਏਗੀ 13 ਨੰਬਰਾਂ ਦੀ ਠੀਕ ਹੈ ਇਹ ਮੇਨ ਪੇਪਰ ਵਾਲੀ ਪੰਜਾਬੀ ਹੈ ਤੇ ਇਸ ਦੇ ਨੰਬਰ ਜਿਹੜੇ ਆ ਤੁਹਾਡੇ ਮੈਰਿਟ ਵਿੱਚ ਕਾਊਂਟ ਹੋਣਗੇ ਪੰਜਾਬੀ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੰਪਿਊਟਰ ਦੀ ਨੋ ਨੰਬਰਾਂ ਦਾ ਤੁਹਾਡਾ ਕੰਪਿਊਟਰ ਵਾਲਾ ਪੋਰਸ਼ਨ ਜਿਹੜਾ ਉਹ ਪੁੱਛਿਆ ਜਾਵੇਗਾ ਉਸ ਤੋਂ ਬਾਅਦ ਪੰਜਾਬ ਹਿਸਟਰੀ ਤੇ ਕਲਚਰ ਦਾ ਪੋਰਸ਼ਨ ਹੋਏਗਾ ਜੀ 16 ਨੰਬਰਾਂ ਦਾ ਤੇ ਵਧੀਆ ਗੱਲ ਇਹ ਹੈ ਦੋਸਤੋ ਕਿ ਜਿਹੜਾ ਇਹਨਾਂ ਨੇ 16 ਨੰਬਰ ਦਾ ਪੋਰਸ਼ਨ ਮੈਂਸ਼ਨ ਕੀਤਾ ਹੈ 16 ਕੁਐਸਚਨ ਦੇਖਣ ਨੂੰ ਮਿਲਣਗੇ ਤੁਹਾਨੂੰ 101% ਠੀਕ ਹੈ ਤੇ 50 ਦਾ ਇੱਕ ਅੱਧਾ ਉਹ ਮੇਨ ਜੀ ਕੇ ਵਾਲਾ ਪੋਰਸ਼ਨ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਠੀਕ ਹੈ ਤਾਂ ਇਹ ਚੀਜ਼ ਧਿਆਨ ਰੱਖਿਓ ਇੱਥੇ ਪੁਲਿਸ ਵਾਂਗੂ ਨਹੀਂ ਹੁੰਦਾ ਕਿ ਇੱਕ ਦੋ ਕੁਐਸਚਨ ਹੀ ਪੰਜਾਬ ਜੀ ਕੇ ਦੇ ਪਾਣਗੇ ਠੀਕ ਹੈ ਪੂਰੇ 16 ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਇਹ ਕਾਫੀ ਵਧੀਆ ਹੋ ਜਾਂਦਾ ਪੰਜਾਬ ਦੇ ਜਵਾਨਾਂ ਵਾਸਤੇ ਸੋ ਓਵਰ ਆਲ ਇਹ 100 ਨੰਬਰ ਦਾ ਤੁਹਾਡਾ ਪੇਪਰ ਹੋ ਗਿਆ ਤੇ ਇਸੇ ਦੇ ਬੇਸ ਤੇ ਹੀ ਤੁਹਾਡੀ ਮੈਟ ਬਣਨੀ ਹੈ ਸੋ ਇਹ ਸਾਰਾ ਸਿਲੇਬਸ ਤੁਸੀਂ ਵਧੀਆ ਤਰੀਕੇ ਨਾਲ ਤਿਆਰ ਕਰ ਲੈਣਾ ਤੇ ਜਿਹੜੇ ਵੀ ਪੁਰਾਣੇ ਜਵਾਨ ਹੈ ਠੀਕ ਹੈ ਉਹਨਾਂ ਨੂੰ ਤਾਂ ਪਤਾ ਹੀ ਹੋਏਗਾ ਜਿਨ੍ਹਾਂ ਨੇ ਪਿਛਲੀ ਭਰਤੀਆਂ ਦੇਖੀ ਹੈ ਬਟ ਜੇ ਕੋਈ ਨਵਾਂ ਜ ਠੀਕ ਹੈ ਤਾਂ ਬਸ ਆ ਲਾਸਟ ਭਰਤੀ ਤੁਸੀਂ ਮੰਨ ਕੇ ਚੱਲੋ ਕਿਉਂਕਿ ਇਸ ਤੋਂ ਬਾਅਦ ਤੁਸੀਂ ਆ ਤਾਂ ਮੰਨੀ ਲਓ ਕਨਫਰਮ ਕਿ 5-7 ਸਾਲ ਤੱਕ ਤਾਂ ਪਟਵਾਰੀ ਭਰਤੀ ਆਣੀ ਨਹੀਂ ਠੀਕ ਹੈ ਕਿਉਂਕਿ ਪਹਿਲਾਂ ਹੀ 2-3 ਭਰਤੀਆਂ ਜਿਹੜੀ ਪਟਵਾਰੀ ਦੀ ਹੋ ਚੁੱਕੀ ਹੈ ਸੋ ਜੇ ਤੁਹਾਡਾ ਸ਼ੌਂਕ ਹੀ ਪਟਵਾਰੀ ਬਣਨਾ ਹੈ ਤਾਂ ਤੁਸੀਂ 101% ਆਪ ਦਾ ਦੇਣਾ ਹੈ ਤਾਂ ਹੀ ਤੁਸੀਂ ਇੱਥੇ ਸਿਲੈਕਟ ਹੋ ਸਕਦੇ ਹੋ ਠੀਕ ਹੈ ਤਾਂ ਆਪਣੇ ਪੂਰੀ ਭਰਤੀ ਦੀ ਗੱਲਬਾਤ ਹੋ ਗਈ ਫਾਰਮ ਦੀ ਗੱਲ ਕਰਦੇ ਆ ਤਾਂ ਮੰਨ ਲਓ ਵੀ ਇੱਕ ਮਹੀਨੇ ਦੇ ਮਮਸਮ ਟਾਈਮ ਜਿਹੜਾ ਫਾਰਮ ਨੂੰ ਲੱਗੇਗਾ ਉਸ ਤੋਂ ਬਾਅਦ ਤੁਹਾਡੇ ਫਾਰਮ ਜਿਹੜੇ ਜਾਰੀ ਹੋ ਜਾਣਗੇ ਪਿਛਲੀ ਵਾਰ ਫਰਵਰੀ ਮਹੀਨ ਵਿੱਚ ਜਾਰੀ ਹੋਈ ਸੀ ਏਤਕੀ ਕਰੇ ਵੀ ਮਾਰਚ ਮਹੀਨ ਤੱਕ ਤੁਹਾਡੇ ਫਾਰਮ ਜਿਹੜੇ ਹੈ ਉਹ ਅਪਲਾਈ ਹੋਣਾ ਸਟਾਰਟ ਹੋ ਜਾਣਗੇ ਠੀਕ ਹੈ ਬਟ ਮੈਟਰ ਇਹ ਆਉਂਦਾ ਹੈ ਕਿ ਤੁਹਾਡੀ ਤਿਆਰੀ ਕਿੰਨੀ ਹੈ ਪਿਛਲੀ ਵਾਰ ਫਰਵਰੀ ਵਿੱਚ ਫਾਰਮ ਸਟਾਰਟ ਹੋਈ ਸੀ 2 ਮਹੀਨਿਆਂ ਦੇ ਅੰਦਰ ਤੁਹਾਡਾ ਪੇਪਰ ਜਿਹੜਾ ਹੈ ਉਹ ਵੀ ਹੋ ਗਿਆ ਸੀ ਸੋ ਸਿਲੈਕਸ਼ਨ ਵਾਸਤੇ ਲਾਜ਼ਮੀ ਤੇ ਜ਼ਰੂਰੀ ਕੰਡੀਸ਼ਨ ਆਹੀ ਹੈ ਕਿ ਤੁਸੀਂ ਆਪਦੀ ਤਿਆਰੀ ਜਿਹੜੀ ਹੈ ਪ ਸੋ ਇਹਨੂੰ ਧਿਆਨ ਰੱਖ ਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਸਟਾਰਟ ਕਰ ਦੇਣੀ ਹੈ ਇਸ ਤੋਂ ਇਲਾਵਾ ਤੁਹਾਡਾ ਕੋਈ ਡਾਊਟ ਹੋਏ ਸਵਾਲ ਹੋਏ ਪੁੱਛਣਾ ਚਾਹੁੰਦੇ ਹੋ ਕਮੈਂਟ ਕਰਕੇ ਪੁੱਛ ਲਿਓ ਤੇ ਇਨਫੋਰਮੇਸ਼ਨ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਹੋਰ ਭਰਤੀਆਂ ਦੇ ਅਪਡੇਟ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ नेक्स्ट ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰਾਖਾ